ਪਰਮਰਾਜ ਸਿੰਘ ਉਮਰਾਨੰਗਲ, ਉਹਨਾਂ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਲਾਂਕਿ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ। ਸਰਦਾਰ ਪਰਮਰਾਜ ਸਿੰਘ ਉਮਰਾਨੰਗਲ IPS ਅਧਿਕਾਰੀ ਨੇ ਜੀ ਜਿਸ ਵੇਲੇ ਘਟਨਾਕ੍ਰਮ ਵਾਪਰਿਆ ਸੀ ਉਸ ਵੇਲੇ ਇਹ DIG ਲੁਧਿਆਣਾ ਵਜੋਂ ਤਾਇਨਾਤ। ਉਮਰਾਨੰਗਲ ਬਹੁਤ ਸਾਰੇ ਥਾਵਾਂ ਦੇ ਉੱਤੇ SSP ਵਜੋਂ ਤਾਇਨਾਤ ਰਹੇ। ਪਟਿਆਲੇ ਦੇ ਵਿੱਚ ਵੀ ਲੰਬਾ ਸਮਾਂ SSP ਅਤੇ IG। ਸਾਰਿਆਂ ਨੂੰ ਪਤਾ ਹੈ ਕਿ DGP ਅਤੇ ਉਸ ਵੇਲੇ ਦੇ ਮੁੱਖ ਮੰਤਰੀ ਕਾਫੀ ਵਾਰੀ ਗੱਲਬਾਤ ਹੋਈ। ਸੋ ਹੁਣ ਜਦੋਂ ਇਹਨਾਂ ਦੀ ਮੁਅੱਤਲੀਓ ਬਹਾਲ ਹੋ ਗਈ ਉਸੇ ਡੇਟ ਤੋਂ, ਇਹਦਾ ਮਤਲਬ ਜਿਹੜਾ ਇਹਨਾਂ ਦਾ ਵਿਚਕਾਰਲਾ ਟਾਈਮ ਹੈ ਉਹ ਸਰਦਾਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੀ ਮਿਲ ਜਾਵੇਗਾ। ਹਾਲ ਦੀ ਘੜੀ ਜਿਹੜੀ ਪੰਜਾਬ ਦੀ ਅਤੇ ਹਰਿਆਣੇ ਦੀ ਸਭ ਤੋਂ ਉੱਚੀ ਅਦਾਲਤ ਹੈ, ਪੰਜਾਬ ਅਤੇ ਹਰਿਆਣਾ ਉੱਚ ਅਦਾਲਤ, ਉਹਨਾਂ ਨੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਪਿਛਲੀ ਡੇਟ ਤੋਂ ਬਹਾਲ ਕਰ ਦਿੱਤਾ ਗਿਆ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਮਾਮਲਾ, ਲਗਾਤਾਰ ਸੁਣਵਾਈਆਂ ਹੋ ਰਹੀਆਂ ਨੇ ਅਤੇ ਇਹਦੇ ਵਿੱਚ ਕਈ ਅਫਸਰਾਂ ਦਾ ਨਾਮ ਵੀ ਆਇਆ ਸੀ ਅਤੇ ਉਹਨਾਂ ਦੇ ਵਿੱਚੋਂ ਇੱਕ ਅਫਸਰ ਸੀਗੇ ਪਰਮਰਾਜ ਸਿੰਘ ਉਮਰਾਨੰਗਲ। ਉਹਨਾਂ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਲਾਂਕਿ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਪਰ ਉਹਨਾਂ ਦੀ ਸਸਪੈਂਸ਼ਨ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਢਿੱਲੋਂ ਸਾਹਿਬ, ਇੱਕ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਅਤੇ ਦੂਜਾ ਜਿਹੜੀ ਇਹ ਖਬਰ ਦੇ ਉੱਪਰ ਚਰਚਾ ਕਰ ਰਹੇ ਹਾਂ ਇਹਦਾ ਥੋੜ੍ਹਾ ਜਿਹਾ ਤੁਹਾਡੇ ਤੋਂ ਜਾਣਾਂਗੇ ਸੰਖੇਪ ਦੇ ਵਿੱਚ ਕਿ ਮਾਮਲਾ ਕੀ ਸੀਗਾ ਅਤੇ ਹੁਣ ਕਿੰਨੀ ਕੁ ਰਾਹਤ ਮਿਲੀ ਹੈ ਉਮਰਾਨੰਗਲ ਸਾਹਿਬ ਨੂੰ। ਸਰਦਾਰ ਪਰਮਰਾਜ ਸਿੰਘ ਉਮਰਾਨੰਗਲ IPS ਅਧਿਕਾਰੀ ਨੇ ਜੀ ਜਿਸ ਵੇਲੇ ਘਟਨਾਕ੍ਰਮ ਵਾਪਰਿਆ ਸੀ ਉਸ ਵੇਲੇ ਇਹ DIG ਲੁਧਿਆਣਾ ਵਜੋਂ ਤਾਇਨਾਤ ਸੀ, ਲੁਧਿਆਣੇ ਸੀ, ਲੁਧਿਆਣੇ ਦੇ ਕਮਿਸ਼ਨਰ ਵੀ ਰਹੇ ਨੇ। ਤਾਂ ਉੱਥੋਂ ਦੇ ਕਮਿਸ਼ਨਰੇਟ ਦੇ ਵਿੱਚ ਹੋਣ ਦੇ ਨਾਤੇ ਇਹ ਗੋਲੀਕਾਂਡ ਜਿਹੜਾ ਵਾਪਰਦਾ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਕਿ 2015 ਦੀ ਗੱਲ, 8 ਸਾਲ ਤੋਂ ਵੱਧ ਸਮਾਂ ਹੋ ਗਿਆ, ਕੇਸ ਦਰਜ ਹੋਇਆ, ਅਦਾਲਤਾਂ ਨੇ ਰਾਹਤ ਦਿੱਤੀ, ਇਹਨਾਂ ਦੀਆਂ ਜ਼ਮਾਨਤਾਂ ਸਵੀਕਾਰ ਨੇ ਜੀ, ਤਰੀਕ ਭੁਗਤਣ ਜਾਂਦੇ ਨੇ। ਉਮਰਾਨੰਗਲ ਬਹੁਤ ਸਾਰੇ ਥਾਵਾਂ ਦੇ ਉੱਤੇ SSP ਵਜੋਂ ਤਾਇਨਾਤ ਰਹੇ, ਪਟਿਆਲੇ ਦੇ ਵਿੱਚ ਵੀ ਲੰਬਾ ਸਮਾਂ SSP ਅਤੇ IG। ਮੈਂ ਗੱਲ ਵੀ ਕੀਤੀ, ਉਹਨਾਂ ਨੇ ਦੱਸਿਆ ਕਿ ਹਾਂ ਹਾਈ ਕੋਰਟ ਦੇ ਵੱਲੋਂ ਰਾਹਤ ਮਿਲ ਗਈ। ਨਾਲ ਉਹਨਾਂ ਨੇ ਕਿਹਾ ਕਿ ਰੱਬ ਦੇ ਘਰੇ ਦੇਰ ਹੈ ਅੰਧੇਰ ਨਹੀਂ। ਧਰਮਿੰਦਰ, ਮੇਰੇ ਖਿਆਲ ਹੈ ਕਿ ਜਿਹੜੀ ਫੋਰਸ ਹੁੰਦੀ ਹੈ ਡਿਸਪਲਿਨਡ ਫੋਰਸ ਹੈ, ਜੇ ਉਮਰਾਨੰਗਲ ਦੀ ਥਾਂ 'ਤੇ ਕੋਈ ਹੋਰ ਵੀ ਹੁੰਦਾ ਜੀ ਉਸ ਵੇਲੇ ਦਾ DGP ਸਵੇਦ ਸਿੰਘ ਸੈਣੀ, ਉਹਨੂੰ ਕਹਿੰਦਾ ਕਿ ਤੁਸੀਂ ਜਾਓ ਉੱਥੇ ਜਾ ਕੇ ਤੁਸੀਂ ਆਹ ਡਿਊਟੀ ਕਰਨੀ ਹੈ ਜੀ। ਇੱਥੇ ਦੋ ਸਵਾਲ ਨੇ। ਪਹਿਲੀ ਗੱਲ, ਜਿਹੜਾ ਉੱਥੇ ਦਾ ਪ੍ਰਸ਼ਾਸਨ ਸੀ ਜਿਹਨੂੰ ਲਾਇਆ ਹੋਇਆ ਸੀ ਇਹਦਾ ਮਤਲਬ ਉਹਨਾਂ 'ਚ ਕਾਬਲੀਅਤਪਨ ਨਹੀਂ ਸੀ ਜੀ, ਤਾਂ ਹੀ ਦੂਜੇ ਥਾਂ ਤੋਂ ਕਿਸੇ ਨੂੰ ਭੇਜਿਆ, ਇਹਨਾਂ ਦਾ ਤਾਂ ਕੋਈ ਉੱਥੇ ਤਲਕਾਤ ਨਹੀਂ ਸੀ ਉੱਥੇ ਜਾ ਕੇ ਡਿਊਟੀ ਕਰਨਾ। ਔਰ ਮੈਂ ਉਸ ਵੇਲੇ ਵੀ ਪੁੱਛਿਆ ਸੀ, ਉਹ ਕਹਿੰਦੇ ਭਾਈ ਅਸੀਂ ਤਾਂ ਡਿਸਪਲਿਨਡ ਫੋਰਸ ਹੈ, ਸਾਡੇ ਬੌਸ ਨੇ ਸਾਨੂੰ ਹੁਕਮ ਕਰਤਾ, ਉਹ ਸਵੇਦ ਸੈਣੀ ਹੋ ਸਕਦਾ ਸੀ, ਕੋਈ ਹੋਰ ਵੀ ਹੋ ਸਕਦਾ ਸੀ, ਪਰ ਲਾਇਆ ਤਾਂ ਸਰਕਾਰ ਨੇ ਸੀ ਉਸ ਵੇਲੇ ਦੀ, ਨੇ ਅਕਾਲੀ ਭਾਜਪਾ ਸਰਕਾਰ ਨੇ। ਇਹ ਉੱਥੇ ਗਏ ਤਾਂ ਜਿਹੜੀ ਉੱਥੇ ਗੋਲੀ ਚੱਲੀ ਹੈ, ਸਾਰਿਆਂ ਨੂੰ ਪਤਾ ਕਿ ਗੋਲੀ ਕੋਈ ਸਰਕਾਰ ਨਹੀਂ ਚਲਾਉਂਦੀ ਹੁੰਦੀ, ਗੋਲੀ ਹਾਲਾਤਾਂ ਮੁਤਾਬਕ ਹੈ, ਉਹਦੇ 'ਚ ਕੀ ਹੋਇਆ ਕੀ ਨਹੀਂ ਹੋਇਆ
ਆਦੇਸ਼ ਜਿੱਥੇ ਤੱਕ ਕਮਿਸ਼ਨਰੇਟ ਹੈ ਉੱਥੇ ਤੱਕ ਕਮਿਸ਼ਨਰ ਕੋਲ ਹੀ ਪਾਵਰਾਂ ਹੁੰਦੀਆਂ ਨੇ, ਜਿੱਥੇ ਕਮਿਸ਼ਨਰੇਟ ਨਹੀਂ ਉੱਥੇ ਕੋਈ ਮੈਜਿਸਟਰੇਟ ਆਦੇਸ਼ ਦਿਆ ਕਰਦਾ ਹੈ। ਸਾਰਿਆਂ ਨੂੰ ਪਤਾ ਹੈ ਕਿ ਡੀ ਜੀ ਪੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ, ਕਾਫੀ ਵਾਰੀ ਗੱਲਬਾਤ ਹੋਈ ਜੀ, ਸੋ ਉਸ ਵੇਲੇ ਤੋਂ ਲੈ ਕੇ ਇਹ ਸਸਪੈਂਡ ਚੱਲੇ ਆ ਰਹੇ ਸਨ। ਇਹਨਾਂ ਨੇ ਕੈਗ ਦੇ ਵਿੱਚ ਵੀ ਜਾਣ ਦਾ ਯਤਨ ਕੀਤਾ, ਉੱਥੋਂ ਸਫਲਤਾ ਨਹੀਂ ਮਿਲੀ ਸੀ। ਜਿਹੜੀ ਆਪਣਾ ਹੈਗੀ ਹੈ ਕੰਟਰੋਲਰ ਆਡੀਟਰ ਜਨਰਲ, ਫਿਰ ਇਹਨਾਂ ਨੇ ਕਿਉਂਕਿ ਆਈ ਪੀ ਐੱਸ ਦੀ ਨਿਯੁਕਤੀ ਜਿਹੜੀ ਆ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਮੁਤਾਬਕ ਹੁੰਦੀ ਹੈ ਜਾਂ ਯੂ ਪੀ ਐੱਸ ਸੀ ਦੇ ਮੁਤਾਬਕ, ਇਹ ਸਸਪੈਂਡ ਚੱਲੇ ਆ ਰਹੇ ਸੀ। ਹੈੱਡਕੁਆਰਟਰ ਪੁਲਿਸ ਦੇ ਵਿੱਚ ਇਹਨਾਂ ਦਾ ਦਫ਼ਤਰ ਸੀ ਚੰਡੀਗੜ੍ਹ ਦੇ ਵਿੱਚ। ਅੱਜ ਜਦੋਂ ਇਹਨਾਂ ਨੂੰ ਇਹ ਰਾਹਤ ਦਿੱਤੀ ਹੈ, ਬਹੁਤ ਸਾਰੇ ਇਹਨਾਂ ਤੋਂ ਜਿਹੜੇ ਜੂਨੀਅਰ ਪੱਧਰ ਦੇ ਅਧਿਕਾਰੀ ਹੈ ਉਹ ਏ ਡੀ ਜੀ ਪੀ ਬਣ ਚੁੱਕੇ ਹੈ। ਸੋ ਹੁਣ ਜਦੋਂ ਇਹਨਾਂ ਦੀ ਮੁਅੱਤਲੀਓ ਬਹਾਲ ਹੋ ਗਈ ਉਸੇ ਡੇਟ ਤੋਂ, ਇਹਦਾ ਮਤਲਬ ਜਿਹੜਾ ਇਹਨਾਂ ਦਾ ਵਿਚਕਾਰਲਾ ਟਾਈਮ ਹੈ ਉਹ ਸਰਦਾਰ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਵੀ ਮਿਲ ਜਾਵੇਗਾ ਜੀ। ਸੋ ਮੰਨ ਕੇ ਚੱਲੋ ਕਿ ਇਹਨਾਂ ਦੀ ਰਿਟਾਇਰਮੈਂਟ ਹੈ ਜਿਹੜੀ ਅਗਲੇ ਸਾਲ ਹੈ, ਉਸ ਤੋਂ ਪਹਿਲਾਂ ਪਹਿਲਾਂ ਡੀ ਜੀ ਪੀ ਪੱਧਰ ਦਾ ਜਿਹੜਾ ਇਹਨਾਂ ਦਾ ਰੈਂਕ ਹੈ ਉਹ, ਜੇ ਸਰਕਾਰ ਸੁਪਰੀਮ ਕੋਰਟ ਨਹੀਂ ਜਾਂਦੀ, ਅੱਗੇ ਸੁਪਰੀਮ ਕੋਰਟ ਦੇ ਵਿੱਚ ਰਾਹਤ ਮਿਲਦੀ ਹੈ ਸਰਕਾਰ ਨੂੰ ਜਾਂ ਨਹੀਂ, ਹਾਲ ਦੀ ਘੜੀ ਜਿਹੜੀ ਪੰਜਾਬ ਦੀ ਅਤੇ ਹਰਿਆਣੇ ਦੀ ਸਭ ਤੋਂ ਉੱਚੀ ਅਦਾਲਤ ਹੈ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ, ਉਹਨਾਂ ਨੇ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਪਿਛਲੀ ਡੇਟ ਤੋਂ ਬਹਾਲ ਕਰ ਦਿੱਤਾ ਗਿਆ। ਇਹ ਦੂਜਾ ਵੀ ਹੁੰਦਾ ਧਰਮਿੰਦਰ, ਜੇ ਤੁਸੀਂ ਸੋਚ ਕੇ ਚੱਲੋ, ਤੁਸੀਂ ਅਫਸਰਾਂ ਨੂੰ ਲੱਖਾਂ ਰੁਪਏ ਦੀਆਂ ਤਨਖਾਹਾਂ ਦਿੰਦੇ ਹੋ, ਭੱਤੇ ਦਿੰਦੇ ਹੋ, ਕੀ ਕੁਛ ਦਿੰਦੇ ਹੋ, ਅਤੇ ਬੰਦੇ ਤੋਂ ਕੰਮ ਕੋਈ ਲੈ ਨਹੀਂ ਰਹੇ ਜੀ, ਅੱਧੀ ਤਨਖਾਹ ਤੁਹਾਨੂੰ ਫਿਰ ਵੀ ਮਿਲਦੀ ਹੈ, ਹੁਣ ਸਾਰਾ ਕੁਛ ਇਕੱਠਾ ਵੀ ਮਿਲ ਜਾਣਾ। ਸੋ ਮੇਰਾ ਖਿਆਲ ਕਈ ਕੇਸਾਂ ਦੇ ਵਿੱਚ ਇਹ ਵੀ ਆਇਆ ਕਿ ਯਾਰ ਤੁਸੀਂ ਕੰਮ ਲਓ ਉਹਨਾਂ ਤੋਂ, ਸਸਪੈਂਡ ਕਰਕੇ ਘਰੇ ਬਹਾਉਣ ਦਾ ਫਾਇਦਾ ਕੀ ਹੈ ਜੀ? ਜੀ, ਵੱਡਾ ਤਜਰਬੇਕਾਰ ਨੇ, ਉਹਦੇ ਤੋਂ ਕੰਮ ਲਿਆ ਜਾਵੇ, ਕੰਮ ਲੈ ਕੇ ਉਹਨੂੰ ਜਿਹੜਾ ਹੈਗਾ ਬਹਾਲ ਕੀਤਾ ਜਾਵੇ। ਹੁਣ ਉਮਰਾ ਨੰਗਲ ਹੋਰਾਂ ਨੂੰ ਜਿਹੜਾ ਹਾਈ ਕੋਰਟ ਨੇ ਬਹਾਲ ਕਰਤਾ ਅਤੇ ਉਹਨਾਂ ਦੀ ਅਗਲੀ ਤਾਇਨਾਤੀ ਵੀ ਪੰਜਾਬ ਦੀ ਸਰਕਾਰ ਨੂੰ ਕਰਨੀ ਪਵੇਗੀ ਜੀ। ਪਟੇਲੂ ਸਾਹਿਬ, ਇਸ ਮਾਮਲੇ ਦੇ ਉੱਤੇ ਹੁਣ ਸਿਆਸਤ ਵਿਭਾਗ ਦੀ ਨਜ਼ਰ ਆ ਰਹੀ ਹੈ। ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵੀ ਇਹਦੇ ਉੱਤੇ ਟਿੱਪਣੀ ਕੀਤੀ ਆ। ਉਹ ਕਹਿੰਦੇ ਨੇ ਕਿ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਫੇਲ ਸਾਬਤ ਹੋਈ ਹੈ, ਕਿਉਂਕਿ ਜਿਹੜੇ ਹੋਮ ਮਿਨਿਸਟਰ ਨੇ ਉਹ ਵੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ, ਅਤੇ ਕਹਿੰਦੇ ਇਹ ਜਿਹੜੀ ਬਹਾਲੀ ਕੀਤੀ ਗਈ ਹੈ ਇਹ ਫੇਲੂਅਰ ਨੂੰ ਹੀ ਦਰਸਾਉਂਦੀ ਹੈ। ਅਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਮੁੱਦਾ ਚੁੱਕ ਦਿੱਤਾ ਹੈ ਕਿ ਡੇਰਾ ਮੁਖੀ ਰਾਮ ਰਹੀਮ ਦੇ ਮਾਮਲੇ ਦੇ ਵਿੱਚ ਦੁਬਾਰਾ ਜਿਹੜੀ ਆ ਜਾਂਚ ਕਾਰਵਾਈ ਕਰਨ ਦੀ ਗੱਲ ਆ ਉਹ ਅਜੇ ਤੱਕ ਸਰਕਾਰ ਨਹੀਂ ਕਰ ਰਹੀ, ਇਜਾਜ਼ਤ ਹੀ ਨਹੀਂ ਦੇ ਰਹੀ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ।
ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।